ਬਰਾਵ ਸਤਿ ਸ਼੍ਰੀ ਅਕਾਲ ਕਣਕਾਂ ਦੀ ਵਾਢੀ ਸ਼ੁਰੂ ਹੋਣ ਵਾਲੀ ਹੈ ਕਣਕਾਂ ਨੂੰ ਦੇਖ ਕੇ ਨਰਾਜ਼ਗੀ ਵੀ ਹੋ ਰਹੀ ਹੈ ਤੇ ਲੌਣੀ ਤਾਂ ਫਸਲ ਆਪਾਂ ਛੱਡ ਨਹੀਂ ਸਕਦੇ ਹੈਗੇ ਇਹ ਕੁਦਰਤੀ ਆਫਤਾਂ ਵੱਧ ਘਟ ਆਉਂਦੀਆਂ ਰਹਿੰਦੀਆਂ ਹੈਗੀਆਂ ਜ਼ਿੰਮੇਵਾਰੀ ਦੇ ਵਿੱਚ ਬਹੁਤ ਘਾਟੇ ਚੱਲਦੇ ਰਹਿੰਦੇ ਆ ਪਰ ਵੈਰਾਈਟੀ ਆਈਸੀ 826 ਤੇ ਅੱਜ ਜਦੋਂ ਤਾਂ ਮੈਂ ਆਪਦੇ ਖੇਤ 'ਚ ਵੀਡੀਓ ਬਣਾਉਣਾ ਹੁੰਨਾ ਉਹ ਤਾਂ ਆਪਾਂ ਸਿੰਪਲੀ ਹੁੰਨੇ ਅਜਿਹੇ ਜਿਹੇ ਹੁੰਨੇ ਆ ਤੇ ਅੱਜ ਮੈਂ ਲੰਘੇ ਜਾਂਦਾ ਸੀਗਾ ਮਾਨਸਾ ਦੇ ਨੇੜੇ ਭੀਕੀ ਦੇ ਨੇੜੇ ਪਿੰਡ ਮੋਰ ਸਿੰਘ ਆਲਾ ਖੜੇ ਆ ਤੇ ਬਾਈ ਹੱਥਾਂ ਨਾਲ ਵੜਾ ਰਿਆ ਸੀਗਾ ਤੇ ਇਹਦੇ ਨਾਲ ਕਾਫੀ ਪਹਿਲਾਂ ਗੱਲਬਾਤ ਹੁੰਦੀ ਰਹਿੰਦੀ ਸੀਗੀ ਬਾਈ ਜਗਤਾਰ ਜੀ ਨਾਲ ਤੁਹਾਨੂੰ ਮਲਾਉਣੇ ਆ 826 ਕਿਸਮ ਲੱਗੀ ਹੋਈ ਐ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਕੱਢੀ ਹੋਈ ਜਿਹਨੂੰ ਕਹਿੰਦੇ ਵੀ ਤਾਪਮਾਨ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦਾ ਇਹਦੇ ਝਾੜ ਦੇ ਉੱਤੇ ਇਹ ਕਾਫੀ ਸਟੇਟਾਂ ਦੇ ਵਿੱਚ ਰეკਮੈਂਡ ਹੋਣ ਜਾ ਰਹੀ ਆ ਆਪਾਂ ਬਾਲੀ ਚੰਗੀ ਤਾਂ ਨਹੀਂ ਕਹਿ ਸਕਦੇ ਪਰ ਆਪਾਂ ਕਹਿ ਸਕਦੇ ਆਂ ਵੀ ਜਿਹੜੀਆਂ ਵੈਰਾਈਟੀਆਂ ਐਨੇ ਮਾੜੇ ਮੌਸਮ ਦੇ ਵਿੱਚ ਖੜੀਆਂ ਰਹਿ ਗਈਆਂ ਬਹੁਤ ਕਿਸਾਨਾਂ ਦਾ ਨੁਕਸਾਨ ਹੋਇਆ ਹੋਗਾ ਹੋਰ ਵੈਰਾਈਟੀਆਂ ਡਿੱਗ ਪਈਆਂ ਕੁਦਰਤੀ ਆਫਤ ਦੇ ਧੱਕੇ ਚੜ ਗਈਆਂ ਇਹ ਵੀ ਇਹਦੇ ਵੀ ਨੁਕਸਾਨ ਘੱਟ ਹੋਇਆ ਫਸਲ ਖੜੀ ਆ ਸੋਹਣੀ ਆ ਕੀਟਾੜ ਆਉਂਦਾ ਦਾਣੇ ਬਲੀ ਚੋਂ ਭੋਰ ਕੇ ਦੇਖਦੇ ਆਂ ਤਾਂ ਦਿਲ ਖੁਸ਼ ਹੁੰਦਾ ਵੀ ਦਾਣੇ ਦੇਖਣ ਜੋਗਾ ਸੋਹਣੇ ਆ ਕਿਸਾਨ ਦਾ ਹੌਸਲਾ ਬਣ ਜਾਂਦਾ ਜਿਹੜੇ ਇਹ ਜੇ ਕਿਸਾਨ ਥੋੜਾ ਥੋੜਾ 20 ਤਿਆਰ ਕਰ ਲੈਂਦੇ ਆ ਲੈਣਾ ਚ ਲਗ ਲੱਕੇ ਬਾਈ ਦੇ ਨੇ 20 ਲਿਆ ਸੀਗਾ ਉਦੋਂ ਲੁਧਿਆਣੇ ਮੇਲੇ ਤੋਂ ਤੇ ਮੈਂ ਵੀ ਆਖਿਆ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਫਸਲ ਦੇਖਾਂਗੇ ਪਹਿਲਾਂ ਤਾਂ ਪਹਿਲੇ ਪਾਣੀ ਤੋਂ ਫਸਲ ਸੋਣੀ ਆ ਕੋਈ ਪਤਾ ਨਹੀਂ ਲੱਗਦਾ ਝਾੜ ਵੇਲੇ ਕੀ ਬਣਨਾ ਉਹਦਾ ਪਰ ਜਦੋਂ ਹੁਣ ਦਾਤੀ ਪੈ ਗਈ ਕਣਕ ਨੂੰ ਉਦੋਂ ਪਤਾ ਲੱਗਣ ਲੱਗ ਜਾਂਦਾ ਵੀ ਕਣਕ ਨਰਾਜ ਨਹੀਂ ਕਰੋ ਵੀ ਕਣਕ ਸਹੀ ਰਹੂਗੀ ਤੇ ਆਪਾਂ ਬਾਈ ਜਗਤਾਰ ਜੀ ਨਾਲ ਤੁਹਾਨੂੰ ਮਿਲਾਉਂਦੇ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਵੀ ਵਾਲਾ ਔਖਾ ਹੋ ਕੇ ਲੈ ਆਇਆ ਜੀ ਨਾ ਤੁਸੀਂ ਹਾਂਜੀ ਹਾਂਜੀ ਵੀਰ ਜੀ ਹਾਂਜੀ ਤੇ ਦੋ ਦੋ ਕਿਲੋ ਕਿਉਂਕਿ ਨਵੀਆਂ ਵੈਰੈਟੀਆਂ ਇਹ ਚਲੋ ਆਪਾਂ ਕਹਿ ਦਿੰਨੇ ਆਂ ਵੀ ਇਹ ਬੀ ਨੂੰ ਵੰਡਣਾ ਵੱਡੇ ਏਰੀਏ ਦੇ ਵਿੱਚ ਥੋੜਾ ਥੋੜਾ ਬੀ ਜਾਣਾ ਤੇ ਉਸ ਦੇ ਰੁਝਾਨ ਕਿਸ ਤਰ੍ਹਾਂ ਦੇ ਆਉਂਦੇ ਆ ਉਹ ਵੀ ਇੱਕ ਪਰਖਣ ਦਾ ਸਮਾਂ ਹੁੰਦਾ ਪਹਿਲੀ ਵਾਰ ਵੈਰੈਟੀ ਮੈਂ ਤਾਂ ਜਮੇ ਨਹੀਂ ਆਪਦੇ ਖੇਤ ਚ ਲਾਉਂਦਾ ਕਿਉਂਕਿ ਕਿੰਨੀਆਂ ਕੁ ਵੈਰਾਈਆਂ ਲਾਵਾਂਗੇ ਬਹੁਤ ਇਸ ਕੰਮ ਦੇ ਵਿੱਚ ਟਾਈਮ ਵੀ ਜਾਇਆ ਹੁੰਦਾ ਤੇ ਵੈਰਾਈਆਂ 100 ਆਉਂਦੀਆਂ ਤੇ 100 ਦੇ ਵਿੱਚੋਂ 80 ਫੇਲ ਹੋ ਜਾਂਦੀਆਂ 20 ਰਹਿ ਜਾਂਦੀਆਂ ਤੁਸੀਂ ਦੇਖਿਆ ਹੀ ਪਹਿਲਾਂ 30 32 32 ਕੁਆਂਟਲ ਵਾਲੀਆਂ ਵੈਰਾਈਆਂ ਆਈਆਂ ਤੇ ਡਿਗ ਡਿਗ ਕੇ ਖਰਾਬ ਹੋ ਗਈਆਂ ਤੇ ਝਾੜ ਉਹਨਾਂ ਦਾ ਕਿਸੇ ਸਾਲ ਵੀ ਉਹਨਾਂ ਨਹੀਂ ਆਇਆ ਹੈਗਾ ਇਹ ਵੈਰਾਈ ਦੇ ਕੋਈ ਚਾਂਸ ਲੱਗਦੇ ਆਪਾਂ ਨੂੰ ਦੇਖਣ ਤੇ ਕਿਉਂਕਿ ਪੀਲੀ ਗੁੰਗੀ ਵੀ ਨਹੀਂ ਆਈ ਮੌਸਮ ਦੀ ਮਾਰ ਪਈ ਉਹ ਤੋਂ ਵੀ ਬਜੀ ਹੈ ਤੇ ਬਾਈ ਦਾ ਕੀ ਤਜਰਬਾ ਇਹਨੇ ਦਿਰ ਰਾਤ ਇਸ ਕਣਕ ਨੂੰ ਦੇਖਿਆ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਬਾਈ ਇਹਦੀ ਬਜਾਈ ਕਦੋਂ ਦੀ ਹੋਈ ਹੈ ਹਾਂਜੀ ਪ੍ਰਗਟ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਜੀ ਤੇ ਵੀਡੀਓ ਦੇਖਣ ਵਾਲੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਬਾਈ ਜੀ ਜਿਹੜੀ ਐਸ ਵਾਰੀ ਪੀਯੂ ਨੇ ਆਪਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨੇ ਆਪਾਂ ਨੂੰ ਕਣਕ ਦੀ ਨਵੀਂ ਕਿਸਮ ਦਿੱਤੀ ਸੀ ਜੀ ਪੀਬੀਡਬਲ 826 ਜੀ ਹਾਂਜੀ ਤੇ ਇਹਦੀ ਤੁਸੀਂ ਆਪਾਂ ਖੇਤ ਦੇ ਵਿੱਚ ਖੜੇ ਹੋ ਜੀ ਇਹ ਦੇਖਣ ਤੇ ਲੱਗ ਰਿਹਾ ਹੈ ਜੀ ਵੀ ਬਹੁਤ ਸੋਹਣੀ ਹੈ ਜੀ ਤੇ ਇਹਦੇ ਜਿਹੜੇ ਖਾਸ ਗੁਣ ਨੇ ਆਪਾਂ ਉਹਨਾਂ ਬਾਰੇ ਆਪਾਂ ਕਿਸਾਨ ਭਰਾਵਾਂ ਨਾਲ ਚਰਚਾ ਕਰਾਂਗੇ ਜੀ ਜਿਸ ਤਰ੍ਹਾਂ ਇੱਕ ਇਹ ਪਹਿਲੀ ਵੈਰੈਟੀ ਹੈ ਜੀ ਮਤਲਬ ਪੀਵੀਆ ਪੀਵੀਡਬਲ 826 ਜਿਹੜੀ ਨੈਸ਼ਨਲ ਲੈਵਲ ਤੇ ਰਿਲੀਜ਼ ਹੋਈ ਹੈ ਜੀ ਤੇ ਇਹਦੀ ਸਭ ਤੋਂ ਵੱਡਾ ਖਾਸ ਗੁਣ ਕੀ ਹੈ ਜੀ ਜਿਹੜਾ ਆਪਣੇ ਮਤਲਬ 2-3 ਸਾਲ ਹੋ ਗਿਆ ਆਪਾਂ ਨੂੰ ਦੇਖਦੇ ਨੂੰ ਜੀ ਕਣਕ ਦੇ ਝਾੜ ਦੇ ਵਿੱਚ ਕਮੀ ਆ ਰਹੀ ਆ ਉਹ ਕਮੀ ਆਉਣ ਦਾ ਕਾਰਨ ਕੀ ਹੈ ਜਿਹੜੀ ਮਾਰਚ ਮਹੀਨੇ ਦੇ ਵਿੱਚ ਦਾਣੇ ਨੇ ਪੱਕਣਾ ਹੁੰਦਾ ਉਦੋਂ ਆ ਕੇ ਗਰਮੀ ਪੈ ਜਾਂਦੀ ਆ ਇਹ ਪਹਿਲੀ ਇਹੋ ਜੀ ਵੈਰੈਟੀ ਹੈ ਜਿਹੜੀ ਮਤਲਬ ਗਰਮੀ ਨੂੰ ਸਹਿਣ ਕਰਦੀ ਆ ਤੇ ਇਸ ਵਾਰ ਗਰਮੀ ਦਾ ਕੋਈ ਅਸਰ ਨਹੀਂ ਹੈਗਾ ਤਾ ਚਲੋ ਇਸ ਵਾਰ ਨਹੀਂ ਪਈ ਗੜਿਆਂ ਕਰਕੇ بارش ਕਰਕੇ ਹੋਰ ਆਫਤਾ ਨੁਕਸਾਨ ਕਰਾਤਾ ਕੁਦਰਤੀ ਆਫਤ ਦੇ ੱਤੇ ਚੜ ਗਈ ਗਣ ਪਰ ਇੱਕ ਗੱਲ ਦੇਖੀਏ ਵੀ ਮੈਂ ਤਾਂ ਕਾਫੀ ਪਲਾਟ ਦੇਖੇ ਆ ਡਿੱਗੇ ਵੀ ਦੇਖੇ ਆ ਬਿੰਡਿੱਗੇ ਵੀ ਦੇਖੇ ਆ ਬਾਈ ਦਾ ਪਲਾਟ ਵਧੀਆ ਖੜਾ ਇਹਨੂੰ ਕੋਈ ਹਜੇ ਤੱਕ ਦਾਤੀ ਪੈ ਗਈ ਹੁਣ ਤਾਂ ਇਦੂ ਬਾਦਿਆਂ ਨਹੀਂ ਡਿੱਗ ਕੇ ਕੀ ਖਰਾਬ ਹੋਣਾ ਤੇ ਪਰ ਇਥੋਂ ਇੱਕ ਪਤਾ ਲੱਗ ਜਾਂਦਾ ਹੈਗਾ ਵੀ ਜੇਕਰ ਇੰਨਾ ਹਾਲਾਤਾਂ ਦੇ ਵਿੱਚ ਵੀ ਕਣਕ ਵਧੇਗਾ ਝਾੜ ਦੇ ਜਾਂਦੀ ਆ ਹਾਂਜੀ ਹਾਂਜੀ ਤਾਂ ਆਪਾਂ ਉਹਨੂੰ ਕਹਾਂਗੇ ਵੀ ਆਉਣ ਵਾਲੇ ਸਮੇਂ 'ਚ ਉਹ ਲੰਮਾ ਟਾਈਮ ਚੱਲ ਸਕਦੀ ਹੈ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਇਹਦੇ ਕਿੰਨਾ ਵੀ ਪਾਇਆ ਕਿੱਲੇ ਦਾ ਇਹਦਾ ਜੀ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਲੁਧਿਆਣਾ ਦੇ ਕਿਸਾਨ ਮੇਲੇ ਤੋਂ ਆਪਾਂ ਨੂੰ ਜੀ 54 ਕਿਲੋ ਬੀਜ ਮਿਲ ਗਿਆ ਸੀਗਾ ਜੀ ਤੁਸੀਂ ਐ ਮੰਨ ਲਓ ਜੀ ਇੰਨੇ ਕਿੰਨੇ ਬੰਦੇ ਇਕੱਠੇ ਕਰ ਲਏ ਸੀ ਨਹੀਂ ਬੰਦੇ ਤਾਂ ਜੀ ਮੈਂ ਇਕੱਲਾ ਹੀ ਸੀ ਮੈਂ ਸਵੇਰੇ 4 ਵਜੇ ਜਾ ਕੇ ਲਾਈਨ 'ਚ ਲੱਗ ਗਿਆ ਸੀ ਇੱਕ ਦਿਨ ਪਹਿਲਾਂ ਚਲੇ ਗਈ ਸੀ ਤੇ ਤਿੰਨ ਚਾਰ ਵਾਰਸ਼ ਹੋ ਗਈ ਸੀ ਮੇਰੀ ਵਾਰਸ ਵੀ ਬਹੁਤ ਹੋਈ ਜੀ ਪਰ ਮੀਂਹ ਆ ਜਾ ਕਰੇ ਜੀ ਲਾਈਨਾਂ ਦੇ ਵਿੱਚ ਲੱਗ ਕੇ ਬੀ ਲੈ ਹੱਲੇ ਨਹੀਂ ਜੀ ਤੇ ਦੁਬਾਰਾ ਦੁਬਾਰਾ ਲਾਈਨਾਂ 'ਚ ਲੱਗ ਕੇ ਜੀ 2-2 ਕਿਲੋ ਨਾਲ 54 ਕਿਲੋ ਬੀਜ ਇਕੱਠਾ ਕਰ ਲਿਆ ਕਿੱਲੇ ਦਾ ਹੁਣ ਕਿੰਨਾ ਪਾਇਆ ਵੀ ਇਹ ਇਹ ਜੀ ਆਪਾਂ ਨੇ ਕਰੀਬ ਆਪਣੇ 2 ਕੇ ਯਾਰੀ ਠੀਕ ਹੈ ਹਾਂਜੀ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਣਕ ਦਾ ਥਾਲੀ ਮਾਰਮੀ ਆ ਹਾਂਜੀ ਇਹਦੇ ਵਿੱਚ ਬਾਈ ਜੀ ਜਿਹੜੀਆਂ ਆਪਾਂ ਨੇ ਦੇਖਣ ਨੂੰ ਇਹਦੇ ਵਿੱਚ ਕੁਝ ਗੱਲਾਂ ਜ਼ਿਆਦਾ ਵਧੀਆ ਲੱਗੀਆਂ ਇੱਕ ਤਾਂ ਇਹਦਾ ਫਟਾਰਾ ਬਹੁਤ ਸੋਹਣਾ ਜੀ ਹਾਂਜੀ ਮਤਲਬ ਫੋਟ ਬਹੁਤ ਵਧੀਆ ਕਰਦੀ ਆ ਇੱਕ ਇਹਦਾ ਕੱਦ ਨਾਰਮਲ ਹੈ ਜੀ ਇਹਦੀ ਹਾਈਟ ਹੈ ਜਿਹੜੀ 100 ਸੈਂਟੀਮੀਟਰ ਦੇ ਕਰੀਬ ਹੈ ਤੇ ਇਹਦੇ ਕਰਕੇ ਡਿੱਗਣ ਤੋਂ ਵੀ ਬਚਦੀ ਹੈ ਠੀਕ ਹੈ ਕਿਸਾਨ ਭਰਾਵੋ ਦੇਖੋ ਜਦੋਂ ਆਪਾਂ ਕਿਸੇ ਬੀਜ ਉਤਪਾਦਕ ਦੇ ਖੇਤ 'ਚ ਖੜੇ ਹੁੰਨੇ ਆ ਨਾ ਉਹ ਸਿਫਤ ਕਰ ਸਕਦਾ ਪਰ ਕਿਸਾਨ ਸਿਫਤ ਕਰੇ ਤਾਂ ਗੱਲ ਸਮਝ ਆਉਂਦੀ ਆ ਹਾਜਮ ਵੀ ਹੁੰਦੀ ਹੈਗੀ ਆ ਬਸ ਤਾਂ ਕਹਿਨੂ ਤਾਂ ਹੁਣ ਕੋਈ ਵੀ ਕਹਿ ਸਕਦਾ ਵੀ ਕਣਕ ਐਨੇ ਕੁਆਂਟ ਲਾ ਗਈ ਜੀ ਓਨੇ ਕੁਆਂਟ ਲਾ ਗਈ ਤੇ ਆਪਾਂ ਰੌਲਾ ਪਾਉਣਾ ਹੁੰਦਾ ਜਾ ਕੇ ਜਦੋਂ ਕਣਕ ਦੀ ਬਜਾਈ ਸ਼ੁਰੂ ਹੋਣੀ ਆ ਫਲਾਨੀ ਦਾ ਵੀ ਲੈਣਾ ਜੀ ਜਿਹੜੇ ਮਰਜ਼ੀ ਰੇਟ ਮਿਲ ਜੇ ਹੁਣ ਤੁਸੀਂ ਆਪਣੇ ਏਰੀਏ ਦੇ ਵਿੱਚ 826 ਜਾਂ ਹੋਰ ਜਿਹੜੀਆਂ ਨਵੀਆਂ ਕਿਸਮਾਂ ਆਈਆਂ ਸੀ 1270 ਲੱਗੀ ਸੀ ਉਹ ਵੀ ਲੱਗੀ ਹੋਈ ਥੋੜੇ ਕੋਲ ਹਾਂਜੀ ਵੀਰ ਜੀ ਹਾਂਜੀ 1270 ਉਹ ਵੀ ਤੁਹਾਨੂੰ ਇੱਕ ਅਲੱਗ ਵੀਡੀਓ ਚ ਦਿਖਾਵਾਂਗੇ ਵੀ ਇਨ੍ਹਾਂ ਵੈਰਾਈਟੀਆਂ ਨੂੰ ਆਪਾਂ 100% ਤਾਂ ਕੋਈ ਵੀ ਚੀਜ਼ ਸਹੀ ਨਹੀਂ ਹੁੰਦੀ ਕਿਉਂਕਿ ਬੰਦੇ ਨੇ ਕੰਮ ਕੀਤਾ ਸਾਇੰਟਿਸਟਾਂ ਨੇ ਕੰਮ ਕੀਤਾ ਹੈਗਾ ਕੂਦਰਤ ਦੇ ਨਾਲ ਤਾਲਮਿਲ ਕਿੰਨਾ ਕੁ ਬਣਦਾ ਤੇ 20 ਤੁਹਾਡੇ ਕੋਲੇ ਕਿੰਨਾ ਕੁ ਪਿਓਰ ਪਹੁੰਚਦਾ ਉਹ ਚੀਜ਼ਾਂ ਦੇ ਨਾਲ ਤੁਹਾਡੇ ਅਗਲੇ ਫਸਲ ਦੇ ਝਾੜ ਜੁੜੇ ਹੁੰਦੇ ਆ ਸੋ ਹੁਣ ਤੁਹਾਨੂੰ ਆਪਣੇ ਆਸ-ਪਾਸੇ ਪਿੰਡਾਂ ਦੇ ਵਿੱਚ ਫਾਰਮਰ ਦੇ ਨਾਲ ਜਾਂ ਤੁਹਾਡੇ ਯਾਰ ਦੋਸਤਾਂ ਕੋਲ ਜਿਨ੍ਹਾਂ ਕੋਲੇ ਵੀ ਕਣਕ ਲੱਗੀ ਹੋਈ ਹੈ ਚਲੋ ਡਿੱਗ ਵੀ ਤਾਂ ਉਹ ਫੈਕਟਰੀ ਗਲਤ ਹੋ ਗਿਆ ਵੀ ਡਿੱਗ ਪੀ ਚੱਲ ਕਣਕ ਕਣਕ ਦਾ ਝਾੜ ਡਿੱਗਣ ਤੋਂ ਬਾਅਦ ਵੀ ਜੇ 55 ਮਣ ਆ ਜਾਂਦਾ ਹੈਗਾ ਮੈਨੂੰ ਲੱਗਦਾ ਵੀ ਇਹਨਾਂ ਹਾਲਾਤਾਂ ਦੇ ਵਿੱਚ ਬਹੁਤ ਹੀ ਚੰਗਾ ਝਾੜ ਆ ਕਿਉਂਕਿ ਕਈ ਕਿਸਾਨਾਂ ਦਾ ਤਾਂ ਇੰਨਾ ਨੁਕਸਾਨ ਹੋ ਗਿਆ ਵੀ ਕਣਕ ਡਿੱਗ ਗਈ ਤੇ ਗਲ ਗਈ ਤੇ ਬੱਲੀਆਂ ਜੁਗ ਰਹੀ ਉਹਦਾ ਹੁਣ ਕੀ ਝਾੜ ਦੇਖੀ ਕੀ ਬਰੇਡਿਟੀ ਨੂੰ ਫੇਲ ਪਾਸ ਕਰੇਗਾ ਕਿਉਂਕਿ ਕੁਦਰਤ ਨਹੀਂ ਉਹ ਤਾਂ ਚਪੇੜਾ ਮਾਰਦਾ ਆਪਣੇ ਮੂੰਹ ਦੇ ਉੱਤੇ ਤੇ ਤੁਹਾਨੂੰ ਕੀ ਅੰਦਾਜ਼ਾ ਲੱਗਦਾ ਵੀਰੇ ਤੂੰ ਬਾਈ ਜੀ ਜਿਸ ਹਿਸਾਬ ਨਾਲ ਆਪਣੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦਾ ਦੱਸਣਾ ਹੈ ਜੀ ਇਹਦੀ ਜੀ ਮਤਲਬ ਹੁਣ ਤੱਕ ਦੇ 3-4 ਸਾਲ ਦੇ ਟ੍ਰਾਈਲਾਂ ਦੇ ਵਿੱਚ ਇਸ ਵੈਰਾਈਟੀ ਨੇ ਜੀ ਮਤਲਬ ਡੀਬੀਡਬਲ 187 222 ਤੇ ਮਤਲਬ ਪੀਬੀਬੀ 700 ਜਿਹੜੀ ਆਪਣੀ ਸ਼ਾਰਟ ਹੈ ਜੀ 30 87 29 67 ਇਹਨਾਂ ਸਾਰੀਆਂ ਵੈਰਾਈਟੀਆਂ ਨਾਲੋਂ ਇਹਦਾ ਝਾੜ ਆ ਜਿਹੜਾ ਜ਼ਿਆਦਾ ਆਇਆ ਜੀ ਤੇ ਐਵਰੇਜ ਝਾੜੇ ਦਾ ਜੀ 24 ਕੁਆਂਟਲ ਏਕੜ ਦਾ ਜੀ 8 ਕਨਾਲ ਦੇ ਵਿੱਚ ਇਹਦਾ ਕੱਦ ਵੀ 100 ਸੈਂਟੀਮੀਟਰ ਹੀ ਦੱਸਦੇ ਆ ਸਾਢੇ 3 ਫੁੱਟ ਤੱਕ ਵੱਧੋ-ਵੱ ਤੇ ਜਿਹੜਾ ਟਾਈਮ ਪੀਰੀਅਡਾ ਉਹ ਲਗਭਗ 148 148 ਦਿਨ ਉਹ ਹਰ ਇੱਕ ਏਰੀਏ ਦਾ ਕਿਸਾਨਾਂ ਦੀ ਫਸਲ ਨੂੰ ਪਾਦਨ ਪੋਛਣ ਦਾ ਤਰੀਕਾ ਉਹਦੇ ਡਿਪੈਂਡ ਕਰਦਾ ਹੈ ਹਾਂਜੀ ਹਾਂਜੀ ਕਈ ਵਾਰੀ ਥੋੜਾ 2-4 ਦਿਨ ਘੱਟ ਵੱਧ ਵੀ ਹੋ ਜਾਂਦਾ ਸਭ ਤੋਂ ਖਾਸ ਗੱਲ ਮੇਨ ਇਹਦੇ ਵਿੱਚ ਇਹੀ ਹੈ ਜੀ ਇਹਦੇ ਵੱਧ ਝਾੜ ਹੋਣ ਦਾ ਕਾਰਨ ਯੂਨੀਵਰਸਿਟੀ ਆਪਾਂ ਨੂੰ 24 ਕੁਆਂਟਲ ਕਹਿੰਦੀ ਹੈ ਜੀ ਪਰ ਆਪਣੀ ਖੇਤਾਂ ਦੇ ਵਿੱਚ ਉਹਦੇ ਨਾਲੋਂ ਝਾੜ ਥੋੜਾ ਜਿਆਦਾ ਵਧੀਆ ਹੁੰਦਾ ਹੁੰਦਾ ਕਿਉਂਕਿ ਉਹਨਾਂ ਦੀ ਐਵਰੇਜ ਹੁੰਦੀ ਹੈ ਆਉਂਦਾ ਫਿਰ ਡੜਾ ਹੋਇਆ ਨਾ ਡੜਾ ਹੋ ਜਾਂਦਾ ਜੀ ਤੇ ਪਰ ਇਹਦੇ ਵਿੱਚ ਜਿਹੜਾ ਖਾਸ ਗੁਣ ਹੈ ਇਹ ਮਤਲਬ ਗਰਮੀ ਨੂੰ ਸਹਿਣ ਕਰਦੇ ਇਹ ਕਰਕੇ ਇਹਦਾ ਆਪਾਂ ਨੂੰ ਝਾੜਵੀ ਦਾ ਬੰਪਰ ਆਉਣ ਦੀ ਉਮੀਦ ਹੈ ਇੱਕ ਖਾਸ ਗੱਲ ਇਹ ਦੇਖੀ ਗਈ ਹੈ ਜੀ ਮਤਲਬ ਪਿਛਲੇ ਸਾਲ ਗਰਮੀ ਇੰਨੀ ਜ਼ਿਆਦਾ ਪੈਣ ਦੇ ਬਾਵਜੂਦ ਵੀ ਇਹਦੇ ਦਾਣੇ ਬਰੀਕ ਨਹੀਂ ਪਈ ਜੀ ਠੀਕ ਹੈ ਮਤਲਬ ਯੂਨੀਵਰਸਿਟੀ ਦੇਖਿਆ ਸੀ ਇਹਦਾ ਕੋਈ ਟ੍ਰਾਇਲ ਹਾਂਜੀ ਇਹਦੇ ਟ੍ਰਾਇਲ ਵੀ ਵੇਖੇ ਸੀ ਤੇ ਯੂਨੀਵਰਸਿਟੀ ਨੇ ਵੀ ਬਕਾਇਦਾ ਇਸ ਦੇ ਇਸ ਗੱਲ ਦੀ ਜਾਣਕਾਰੀ ਆਪਾਂ ਨੂੰ ਦਿੱਤੀ ਹੈ ਵੀ ਮਤਲਬ ਗਰਮੀ ਦੇ ਬਾਵਜੂਦ ਇਹਨੇ ਗਰਮੀ ਨੂੰ ਸਹਿਣ ਕੀਤਾ ਤੇ ਇਹਦੇ ਦਾਣੇ ਜਿਹੜੇ ਉਹ ਮੋਟੇ ਸੀਗੇ ਜੀ ਕਿਸਾਨ ਭਰਾਵੋ ਇਹ ਵੀਡੀਓ ਬਣ ਰਹੀ ਹੈ ਅੱਜ 9 ਅਪ੍ਰੈਲ ਹੈ ਹਾਂਜੀ ਅੱਜ 9 8 ਅਪ੍ਰੈਲ 8 ਅਪ੍ਰੈਲ ਨੂੰ ਵੀਡੀਓ ਬਣ ਰ ਤੇ ਜੇਕਰ ਕਣਕ ਵੱਢ ਰਹੇ ਹੋ ਜਾਂ ਵੱਢਣ ਤੋਂ ਬਾਅਦ ਤੁਹਾਨੂੰ ਦੇਖਣ ਦਾ ਮੌਕਾ ਮਿਲ ਰਿਹਾ ਹੈ ਇਸ ਵੀਡੀਓ ਨੂੰ ਤਾਂ ਤੁਸੀਂ ਆਸ-ਪਾਸੇ ਦੀ ਜਿਹੜੀ ਰਿਪੋਰਟ ਆ ਉਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪਿੰਡ ਨਾਂ ਡਿਸਟ੍ਰਿਕਟ ਤੇ ਇਹ 826 ਵੈਰੈਟੀ ਦਾ ਝਾੜ ਕੀ ਆਇਆ ਧੰਨਵਾਦ ਸਾਰੇ ਵੀਰਾਂ ਦਾ ਥੈਂਕ ਯੂ